ਦੋਸਤੋ ਸਾਡੇ ਆਲੇ-ਦੁਆਲੇ ਕਈ ਵਾਰ ਅਜਿਹੀਆਂ ਘਟਨਾਵਾਂ ਘਟਦੀਆਂ ਨੇ ਜਿਹੜੀਆਂ ਕਿ ਦੇਖਣ ਅਤੇ ਸੁਣਨ ਦੇ ਵਿੱਚ ਸ਼ਰਮਨਾਕ ਹੁੰਦੀਆਂ ਨੇ ਅਤੇ ਕਈ ਘਟਨਾਵਾਂ ਤਾਂ ਅਜਿਹੀਆਂ ਹੁੰਦੀਆਂ ਨੇ ਜੋ ਕਿ ਪੂਰੀ ਇਨਸਾਨੀਅਤ ਨੂੰ ਹੀ ਸ਼ਰਮਸਾਰ ਕਰ ਦਿੰਦੀਆਂ ਨੇ ਅਜਿਹੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ ਜਲੰਧਰ ਤੋਂ ਜਿੱਥੋਂ ਦੇ ਇੱਕ ਰੈਸਟੋਰੈਂਟ ਦੇ ਬਾਹਰ ਇੱਕ ਮਤਬੂਦੀ ਔਰਤ ਜਿਸ ਦੇ ਕੀ ਦਿਮਾਗੀ ਪਰੇਸ਼ਾਨੀ ਦੇ ਕਰਕੇ ਕੁਝ ਮੈਂਟਲੀ ਪਰੇਸ਼ਾਨ ਚੱਲ ਰਹੀ ਸੀ ਉਹ ਬਿਨਾ ਕੱਪੜਿਆਂ ਤੋਂ ਇਸ ਰੈਸਟੋਰੈਂਟ ਦੇ ਬਾਹਰ ਪਈ ਸੀ ਸ਼ਾਇਦ ਇਸ ਔਰਤ ਦੀ ਦਿਮਾਗੀ ਹਾਲਤ ਬਿਲਕੁਲ ਵੀ ਠੀਕ ਨਹੀਂ ਸੀ ਪਰ ਦੋਸਤੋ ਅਜਿਹੇ ਦੇ ਵਿੱਚ ਇਸ ਔਰਤ ਦੀ ਮਦਦ ਕਰਨ ਦੀ ਜਗ੍ਹਾ ਤੇ ਉਸ ਰੈਸਟੋਰੈਂਟ ਵਾਲਿਆਂ ਨੇ ਜੋ ਵਿਵਹਾਰ ਇਸ ਔਰਤ ਦੇ ਨਾਲ ਕੀਤਾ ਉਸ ਨੂੰ ਦੇਖ ਕੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਇਸ ਰੈਸਟੋਰੈਂਟ ਵਾਲ ਆਨੇ yani, ਇਸ okay, ਔਰਤ ਨੂੰ ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਉਸ ਨੂੰ ਘੜੀਸ ਕੇ ਆਪਣੇ ਰੈਸਟੋਰੈਂਟ ਤੋਂ ਬਾਹਰ ਕੱਢ ਦਿੱਤਾ ਇੱਥੋਂ ਤੱਕ ਕਿ ਉਸ ਦੀ ਕੁੱਟਮਾਰ ਵੀ ਕੀਤੀ ਗਈ ਤੇ ਦੋਸਤੋ ਜੋ ਕਿ ਆਪਣੇ ਆਪ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੈ ਜਦਕਿ ਚਾਹੀਦਾ ਇਹ ਸੀ ਕਿ ਜੇਕਰ ਇਹ ਆਪ ਉਸ ਔਰਤ ਨੂੰ ਨਹੀਂ ਸੰਭਾਲ ਸਕਦੇ ਸੀ ਤਾਂ ਇਹ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦੇ ਸਕਦੇ ਸੀ ਜਾਂ ਫਿਰ ਕਿਸੇ ਸਮਾਜ ਸੇਵੀ ਸੰਸਥਾ ਦੇ ਨਾਲ ਸੰਪਰਕ ਕਰ ਸਕਦੇ ਸੀ ਜਾਂ ਫਿਰ ਇੱਥੋਂ ਤੱਕ ਇਹਨਾਂ ਦੀ ਜੇਬ ਅਲਾਉ ਕਰਦੀ ਸੀ ਕਿ ਉਸ ਔਰਤ ਦੇ ਪਹਿਲਾ ਸਰੀਰ ਨੂੰ ਢੱਕਣ ਵਾਸਤੇ ਉਸ ਨੂੰ ਕੋਈ ਕੱਪੜਾ ਦੰਦੇ ਅਤੇ ਫਿਰ ਪ੍ਰਸ਼ਾਸਨ ਨੂੰ ਜਾਂ ਫਿਰ ਕਿਸੇ ਸਮਾਜ ਸੇਵੀ ਸੰਸਥਾ ਨੂੰ ਕੰਟੈਕਟ ਕਰਦੇ ਤਾਂ ਕਿ ਇਸ ਔਰਤ ਨੂੰ ਉਸ ਜਗ੍ਹਾ ਤੇ ਪਹੁੰਚਾਇਆ ਜਾਂਦਾ ਜਿੱਥੇ ਕਿ ਇਹ ਸੇਫ ਰਹਿ ਸਕਦੀ ਦੱਸਦੀ ਹੈ ਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਰੈਸਟੋਰੈਂਟ ਵਾਲਿਆਂ ਨੂੰ ਕਾਫੀ ਜ਼ਿਆਦਾ ਲਾਂਤਾਂ ਪੈ ਰਹੀਆਂ ਨੇ ਲੋਕਾਂ ਦਾ ਕਹਿਣਾ ਹੈ ਕੀ ਆਦਮੀ ਜਿੰਨਾ ਜ਼ਿਆਦਾ ਵੱਡਾ ਹੁੰਦਾ ਉਸਦੀ ਸੋਚ ਓਨੀ ਹੀ ਛੋਟੀ ਹੁੰਦੀ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਸ਼ੇਅਰ ਕਰਕੇ ਜਾਣਾ ਇਸ ਤਰ੍ਹਾਂ ਦੀਆਂ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਨੇ ਰਹਿਣਾ ਲਿਮਟਿਡ ਗੈਂ ਦੇ ਨਾਲ ਤੇ ਹੁਣ ਫਿਲਹਾਲ ਇੱਥੇ ਸਾਨੂੰ ਦੀ ਇਜਾਜ਼ਤ ਮਿਲਾਂਗੇ ਜਲਦ ਧੰਨਵਾਦ